watching News DNN. For latest national and international news updates, log on to newsdnntv.com. Or download our application News DNN from Google Play Store. ਅੱਜ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਆ ਆਈ ਕੈਂਪ ਦੇ ਬਾਰੇ ਜਾਂ ਨੇਤਰਦਾਨ ਦੇ ਬਾਰੇ, ਇਹ ਨੇਤਰਦਾਨ ਜਿਹੜਾ ਹੈਗਾ ਉਹ ਸਭ ਤੋਂ ਵਡਮੁੱਲਾ ਜੇ ਕੋਈ ਇਨਸਾਨ ਕਰ ਸਕਦਾ ਹੈ ਤਾਂ ਆਪਣਾ ਅੰਗ ਦਾਨ ਕਰਨਾ ਹੁੰਦਾ ਆ, ਅਤੇ ਨੇਤਰਦਾਨ ਕਰਨਾ ਬਹੁਤ ਹੀ ਚੰਗੀ ਗੱਲ ਹੈ। ਮੈਂ ਉਹਦਾ ਚੰਨਣ ਸਿੰਘ ਹੋਣੀ ਜਿਹੜੇ ਗਰਸੀ ਪਿੰਡ ਤੋਂ ਜਿਹਨਾਂ ਨੇ ਨੇਤਰਦਾਨ ਕੀਤੇ, ਉਹਨਾਂ ਦੇ ਮੌਤ ਦੇ ਉਪਰੰਤ ਉਹਨਾਂ ਦੇ ਪਰਿਵਾਰ ਨੇ ਵੀ ਬਹੁਤ ਚੰਗਾ ਕੰਮ ਕੀਤਾ, ਵੀ ਉਹਦੇ ਅੱਖਾਂ ਦਾ ਦਾਨ ਕੀਤੀਆਂ, ਮੰਨ ਗਏ ਸਾਰੇ ਜਣੇ। ਅਤੇ ਮੈਂ ਸਮਝਦਾ ਕਿ ਇਹ ਤੋਂ ਵੱਡਾ ਪੁੰਨ ਕੋਈ ਦੁਨੀਆ ਵਿੱਚ ਨਹੀਂ ਹੋ ਸਕਦਾ। ਮੈਂ ਸਭ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਜ਼ਰੂਰ ਭਾਜੀ ਹੋਣਾ ਕੋਲੋਂ ਫਾਰਮ ਭਰਵਾਓ, ਅਤੇ ਤਾਂ ਕਿ ਤੁਹਾਡੇ ਮਰਨ ਉਪਰੰਤ ਵੀ ਤੁਸੀਂ ਇਸ ਦੁਨੀਆ ਨੂੰ, ਇਸ ਰੰਗਲੀ ਦੁਨੀਆ ਨੂੰ ਦੇਖ ਸਕੋ। ਅੱਜ ਸੈਣੀ ਵੈਲਫੇਅਰ ਆਰਗਨਾਈਜੇਸ਼ਨ ਰਜਿਸਟਰਡ ਦੀ ਇੱਕ ਵਿਸ਼ੇਸ਼ ਮੀਟਿੰਗ ਡਾਕਟਰ ਸਾਹਿਬ ਡਾਕਟਰ ਕੌਸ਼ਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਰੇ ਕਾਰਜਕਾਰੀ ਕਮੇਟੀ ਦੇ ਮੈਂਬਰ ਜਿਹੜੇ ਸ਼ਾਮਿਲ ਹੋਏ ਆ। ਇਸ ਮੌਕੇ 'ਤੇ ਆਰਗਨਾਈਜੇਸ਼ਨ ਵੱਲੋਂ ਚੰਨਣ ਸਿੰਘ ਸੈਣੀ ਹਰਸੀ ਪਿੰਡ ਨੂੰ ਜੋ ਬਿਲੋਂਗ ਕਰਦੇ ਸੀ, ਉਹਨਾਂ ਨੇ ਆਪਣੇ ਬਹੁਤ ਹੀ ਇੱਕ ਵਧੀਆ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ। ਉਹਨਾਂ ਨੇ ਮਰਨ ਉਪਰੰਤ ਜਿਹੜੀਆਂ ਅੱਖਾਂ ਦਾਨ ਕੀਤੀਆਂ ਸੀ, ਉਹਨਾਂ ਦੇ ਪਰਿਵਾਰ ਵੱਲੋਂ ਸਾਂਝੇ ਤੌਰ 'ਤੇ ਇਹ ਜਿਹੜੀਆਂ ਅੱਖਾਂ ਜਿਹੜੀਆਂ ਹੋਸਪਿਟਲ ਨੂੰ ਦਿੱਤੀਆਂ ਗਈਆਂ। ਇਹ ਇਸ ਤੋਂ ਵੱਡਾ ਕੋਈ ਹੋਰ ਪੁੰਨ ਹੋ ਨਹੀਂ ਸਕਦਾ, ਕਿਉਂਕਿ ਮਰਨ ਉਪਰੰਤ ਵੀ ਤੁਹਾਡੇ ਉਸ ਸਾਹ ਚੰਨਣ ਸਿੰਘ ਦੀਆਂ ਅੱਖਾਂ ਜਿਹੜੀਆਂ ਅੱਜ ਵੀ ਇੱਕ ਬੇਸਹਾਰਾ ਜਿਹਨੂੰ ਨਜ਼ਰ ਨਹੀਂ ਸੀ ਉਸਨੂੰ ਰੋਸ਼ਨੀ ਦਿੰਦੀਆਂ ਰਹਿਣਗੀਆਂ। ਅਤੇ ਬਹੁਤ ਅਸੀਂ ਔਰਗਨਾਈਜੇਸ਼ਨ ਵੱਲੋਂ ਇਸ ਪਰਿਵਾਰ ਨੂੰ ਜਿੱਥੇ ਇਹਨਾਂ ਦਾ ਧੰਨਵਾਦ ਕਰਦੇ ਹਾਂ। ਉੱਥੇ ਜਿਹੜੇ ਸਾਡੇ ਟਾਂਡਾ ਹਲਕੇ ਦੇ ਏਰੀਆ ਇੰਚਾਰਜ ਨੇ ਆਈ ਡੋਨਰ ਵਰਿੰਦਰ ਸਿੰਘ ਮਸੀਤੀ, ਉਹਨਾਂ ਦੇ ਇਸ ਉਪਰਾਲੇ ਲਈ ਵੀ ਅਸੀਂ ਸ਼ਲਾਘਾ ਕਰਦੇ ਹਾਂ ਕਿ ਉਹ ਬੜੀ ਮਿਹਨਤ ਲਗਨ ਦੇ ਨਾਲ ਇਸ ਇਲਾਕੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ। ਅਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੀ ਔਰਗਨਾਈਜੇਸ਼ਨ ਵੀ ਇਸ ਕੰਮ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਏ। Subscribe to our YouTube channel News DNN by clicking the bell icon. Don't forget to like, comment and share.